ਇਹ ਜਨਾਬ ਸਾਡਾ ਮਦਰਸਾ ਜੇ ਮਰਾੜੀਆਂ ਸ਼ਰੀਫ ਦਾ। ਅਸੀਂ ਛੇਨ ਚੌਕ ਦੇ ਨਜ਼ਦੀਕ ਰਹਿੰਦੇ ਜਨਾਬ, ਅਤੇ ਮਦਰਸਾ ਬੱਚੀਆਂ ਦਾ ਵੀ ਅਤੇ ਬੱਚਿਆਂ ਦਾ ਵੀ ਬਹੁਤ ਵੱਡਾ ਮਦਰਸਾ। ਅਤੇ ਇਹ ਜਨਾਬ ਤੁਹਾਡਾ ਭਰਾ ਦਾ ਉਮਰਲੇ ਦੇ ਪਿੱਛੇ ਕੁਮਾਰ ਜੇ ਕਣਕ ਛਣਕ ਲਾਈ ਹੈ। ਇਹ ਜਨਾਬ ਡੇਰੇ ਦੇ ਸ਼ੌਕ ਰੱਖਿਆ ਜੇ ਜਾਲ ਉੱਤੇ ਵਾਲਾ ਜਨਾਬ, ਇਨਸ਼ਾਲਾ ਆ ਜਾਏ ਤਾਂ ਦੋ ਤਿੰਨ ਦਿਨ ਦੇ ਘਰ। ਅਤੇ ਬਸ ਪੂਰਾ ਕਰ ਸ਼ੌਕ ਜੇ ਪਰਮਤ ਹੈ, ਫਿਰ ਪਿੰਡ ਵਿੱਚ ਵੱਡੇ ਵਡੇਰੇ ਫਿਰ ਗਾਲਾਂ ਵੀ ਕੱਢਦੇ ਹੁੰਦੇ ਨੇ। ਅਤੇ ਇਹ ਪੂਰਾ ਕਰ ਸ਼ੌਕ ਰੱਖਿਆ ਸੀ, ਹੁਣ ਆਸਾ ਆਸਾ ਹੀ ਲੱਗੀਆਂ ਗਾਲਾਂ ਖਾਣ। ਹੁਣ ਬਜ਼ੁਰਗ ਵੀ ਨਹੀਂ ਕੋ ਆਖਦੇ, ਤਾਂ ਹੁਣ ਇਨਸ਼ਾਲਾ ਉੱਥੇ ਜਾਲ ਜਿਹੜਾ ਨਾ ਅਸੀਂ ਤਿਆਰ ਕਰਵਾ ਰਹੇ ਹਾਂ। ਇਹ ਇਹਨਾਂ ਬਸ ਐਵੇਂ ਟੰਬਰੇਲੀ ਸਮਝੋ ਕੰਮ ਕੀਤੇ ਅਸੀਂ, ਅਤੇ ਹੁਣ ਘਰ ਵਾਲੇ ਵੀ ਹਿਲ ਗਏ ਨੇ। ਇਹ ਜਨਾਬ ਸਾਡਾ ਡੇਰਾ ਜੇ ਨਿੱਕਾ ਜਿਹਾ, ਇੱਥੇ ਜਨਾਬ ਅਸੀਂ ਇਹ ਬਰੀਡਰ ਥੱਲੇ ਰੱਖੇ ਜੇ, ਅਤੇ ਬਾਕੀ ਦੂਸਰੇ ਜਨਾਬ ਹੈ ਇੱਥੇ। ਇਨਸ਼ਾਲਾ ਤਾਲਾ ਹੈਰ ਹੋਈ ਅਤੇ ਜੇਠ ਦਾ ਸ਼ੌਕ ਹੋਵੇ ਤਾਂ ਦੁਆ ਸ਼ੌਕ ਕਰੀਏ ਸਾਡੇ ਵਾਸਤੇ।